असी इस मुख्यमंत्री नूं कहना चाहुंदे आ कि जे तेरा भाने की कुट करा के ओनू नंगा करा के ओदे पानी ठंडा पवा के ओदे एक होर परचा चंदी खून का पवा के जे हाले तेनू हाले भी सबर नहीं आया तू अज एक होर परचा कराता। पहला परचा लुधियाने 384 का, दूजा परचा फिर पटियाले चंदी खून का, एक FIR नंबर 18 FIR 18/24 तरीक 384 एक होर परचा जिहड़ा थाना हबोर दे विच दर्ज हो गया। सो जे यार तेरे एडा जे तेनू साडा तू खून दा ही प्यासा है जे फिर इहनू खून तू ही मरवाई दे। तू कह किसे एजेंसियां नू कह कोई अपने बंदियां नू साडे गोलियां मरवा के मरवाई दे जां बनवेड़ दे जां भाने दा उत्थे कोई ना कोई कारी दे काम ही करा दे। कोई भाने दा उत्थे तेरे कोल ही आ उह भाना। ओहनू रात नू इन्ना तंग कीता जा रिहा है ਪੰਜਾਬ ਦੇ ਲੋਕਾਂ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਏ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਇਹ ਲੋਟ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਉਹਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਿੱਥੇ ਉਹਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹਨੂੰ ਟੌਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਿਲਾ ਦਿਓ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ। ਆਹ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਏਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਕੋਈ ਗੱਲ ਕਰੂਗਾ, ਕੋਈ ਕਿਸਾਨੀ ਦੀ ਗੱਲ ਕਰੂਗਾ, ਕੋਈ ਚਿੱਟਿਆਂ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ। ਇਹ ਹੱਥ ਧੋ ਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ। ਯਾਰ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੰਨੀ ਖੂਨ ਦਾ ਪਵਾ ਕੇ ਜੇ ਹਾਲੇ ਤੈਨੂੰ ਹਾਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ। ਪਹਿਲਾ ਪਰਚਾ ਲੁਧਿਆਣੇ 384 ਦਾ, ਦੂਜਾ ਪਰਚਾ ਫਿਰ ਪਟਿਆਲੇ ਚੰਨੀ ਖੂਨ ਦਾ, ਇੱਕ FIR ਨੰਬਰ 18 FIR 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਬੋਰ ਦੇ ਵਿੱਚ ਦਰਜ ਹੋ ਗਿਆ। ਸੋ ਜੇ ਯਾਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸਾ ਹੈ ਜੇ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ। ਜੇ ਤੈਨੂੰ ਪੰਜਾਬ ਦੀ ਜਵਾਨੀ ਇੰਨੀ ਤੂੰ ਪੰਜਾਬ ਦੀ ਜਵਾਨੀ ਨੂੰ ਨਫ਼ਰਤ ਕਰਦਾ ਇੰਨੀ ਨਾ ਨੂੰ ਤੇ ਇੱਥੋਂ ਬਰਦਾਸ਼ਤ ਨਹੀਂ ਹੋ ਰਹੇ ਅੱਜ ਸਵਾਲ ਪੁੱਛਦੇ ਲੋਕ, ਤੂੰ ਜੱਬ ਨਵੇੜ, ਤੂੰ ਕਹਿ ਕਿਸੇ ਏਜੰਸੀਆਂ ਨੂੰ ਕਹਿ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਦੇ ਜਾਂ ਬਨਵੇੜ ਦੇ ਜਾਂ ਭਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ। ਕੋਈ ਭਾਨੇ ਦਾ ਉੱਥੇ ਤੇਰੇ ਕੋਲ ਹੀ ਆ ਹੁਣ ਭਾਨਾ। ਨਵੇੜ ਦੇ ਜੱਬ, ਅਸੀਂ ਤਾਂ ਜਿਉਂਦੇ ਰਹਾਂਗੇ ਤਾਂ ਬੋਲਾਂਗੇ, ਆਵਾਜ਼ ਬੁਲੰਦ ਕਰਾਂਗੇ। ਹੁਣ ਤੇਰੇ ਕੋਲ ਇੱਕੋ ਹੀ ਰਾਹ ਹੈ ਵੀ ਆਹ ਹੁਣ ਪਰਚੇ ਤੂੰ ਪਵਾਈ ਜਾਂਦਾ। ਪਹਿਲਾ ਉਹਦੇ ਤੇ ਲੁਧਿਆਣੇ ਹੋ ਗਿਆ, ਦੂਜਾ ਪਟਿਆਲੇ ਹੋ ਗਿਆ, ਤੀਜਾ ਹਬੋਰ ਹੋ ਗਿਆ, ਚੌਥਾ ਚੰਡੀਗੜ੍ਹ ਤਿਆਰੀ ਕਰੀ ਬੈਠੇ ਹੋ। ਇਹ ਲੋਟ ਤੂੰ ਲਗਾਤਾਰ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੰਗ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ, ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਏ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ। ਇਹ ਲੋਟ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਉਹਦੀ ਕੁੱਟਮਾਰ ਕੀਤੀ ਜਾ ਰਹੀ ਹੈ, ਜਿੱਥੇ ਉਹਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ, ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ, ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਉਹਦਾ
ਵੱਡੇ ਪੱਧਰ ਤੇ ਉਹਨੂੰ ਟੌਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਿਲਾ ਦਿਓ, ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ। ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ, ਆਹ ਤੁਸੀਂ ਉਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ, ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਏਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਕੋਈ ਗੱਲ ਕਰੂਗਾ, ਕੋਈ ਕਿਸਾਨੀ ਦੀ ਗੱਲ ਕਰੂਗਾ, ਕੋਈ ਚਿੱਟਿਆਂ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ। ਇਹ ਹੱਥ ਧੋ ਕੇ ਪੈ ਗਿਆ ਜਿਵੇਂ ਬਿਆਨਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ। ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਆ ਕਿ ਕੋਈ ਇੱਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣੇ ਆ ਕੀ ਉਹ 100 ਮੋਟਰ ਓਨਰਸ ਲੈ ਸਕਦੇ ਆ, ਵੀ ਪਤੰਦਰ ਤੁਸੀਂ ਜਮੇ ਹੱਦ ਹੀ ਕਰਤੀ ਯਾਰ। ਉਹ ਪੰਜਾਬ ਦੇ ਲੋਕੋ, ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ ਚ, ਉਦੋਂ ਛੁਟਕਾਰਾ ਪਾਉਣ ਦੇ ਲਈ ਇਹ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ। ਪਹਿਲੀਆਂ ਸਰਕਾਰਾਂ ਚ ਵੀ ਪਰਚੇ ਉਹਦੇ ਚਾਕੇ ਪਾਤੇ, ਉਹਦੇ ਪਾਤੇ, ਉਹ ਫਸਾਤਾ ਉਹ ਫਸਾਤਾ, ਉਦੋਂ ਤੁਸੀਂ ਛੁਟਕਾਰਾ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ। ਆ ਤੀਜਾ ਪਰਚਾ ਹੋਰ ਹਲੇ ਦੂਜੇ ਪਰਚੇ ਚ ਰਿਮਾਂਡ ਮੁੱਕਿਆ ਨੀ ਪਟਿਆਲੇ ਦੇ ਚੋਂ, ਉਹ ਰਿਮਾਂਡ ਤੇ ਚੱਲੀ ਜਾਂਦਾ ਹਲੇ, ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰੇਕ CI ਸਟਾਫ ਦੇ ਵਿੱਚ ਹਰੇਕ ਥਾਣੇ ਦੇ ਵਿੱਚ ਉਹਨੂੰ ਲਿਜਾ ਕੇ ਖੱਜਲ ਕਰੋ, ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ, ਉਹਨੂੰ ਦਿਮਾਗੀ ਤੌਰ ਤੇ ਇੰਨਾ ਅਪਸੈਟ ਕਰਾ ਦਿਓ ਕਿ ਬੰਦਾ ਹਿੱਲ ਜੇ। ਹੁਣ ਜਿਹੜੇ ਬੰਦੇ ਰਾਤ ਨੂੰ ਸੌਣ ਨਹੀਂ ਦੇਣਗੇ ਉਹ ਕੀ ਕਰੂਗਾ ਬੰਦਾ ਯਾਰ, ਇਹਦਾ ਇੱਥੋਂ ਤੱਕ ਉਤਰੇ ਆਉਂਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦੇ ਆ ਬੰਨ ਕੇ, ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨਹੁੰ ਤੇ ਡੰਡਾ ਮਾਰਦੇ ਆ ਪੈਰ ਦੇ ਨਹੁੰ ਤੇ, ਜਾਂ ਇੱਥੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇ, ਆ ਚੇਪੀਆਂ ਐ ਇੱਧਰ ਚੇਪੀਆਂ ਲਾ ਦੀਆਂ ਥੱਲੇ ਤਾਹਾਂ ਚੇਪੀਆਂ ਲਾ ਤੀਆਂ ਵੀ ਅੱਖ ਮਿਚੀ ਨਾ, ਇਸ ਤਰੀਕੇ ਨਾਲ ਜਿਹੜਾ ਟੌਰਚਰ ਹੁੰਦਾ ਬੰਦਾ ਉੱਥੇ, ਇਹ ਕੁਛ ਭਾਨੇ ਨਾਲ ਹੋ ਰਿਹਾ ਭਰਾਵੋ। ਕੋਈ ਯਾਰ ਸਭ 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 ਨੂੰ ਸੱਪ ਸੁੰਘ ਗਿਆ ਯਾਰ, ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨੀ ਯਾਰ, ਕਮਾਲ ਹੋ ਗਈ ਯਾਰ। ਜਿੰਨੇ ਵੀ ਆਪਾਂ ਦੇਖ ਰਹੇ ਹਾਂ ਸਾਰੇ ਆਪਾਂ ਰੌਲਾ ਪਾਉਂਦੇ ਸੀ, ਤੱਕ ਮੈਂ ਕਹਿੰਦਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮਤ ਭੇਦ ਹੋ ਸਕਦੇ ਆ, ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਵਿਚਾਰਾਂ ਦੀ ਸਾਂਝ ਹੋ ਸਕਦੀ, ਪਰ ਸਾਨੂੰ ਕੀ ਲੱਗਦਾ ਵੀ ਅੱਜ ਭਾਨੇ ਦੀ ਵਾਰੀ ਆ ਗਈ, ਕੱਲ ਨੂੰ ਅਸੀਂ ਬਚੇ ਰਵਾਂਗੇ? ਵਾਰੀ ਸਭ ਦੀ ਆਉਣੀ ਆ ਬਾਈ, ਦੇਖ ਲਓ, ਯਾਦ ਰੱਖਿਓ ਮੇਰੀ ਗੱਲ, ਇੱਥੇ ਬਖਸ਼ਿਆ ਕੋਈ ਵੀ ਨਹੀਂ ਜਾਣਾ, ਗੱਲ ਚੇਤੇ ਰੱਖੋ ਪੰਜਾਬੀਓ। ਜੇ ਅੱਜ ਵੀ ਨਾ ਅਸੀਂ ਉੱਠੇ, ਅੱਜ ਵੀ ਚੁੱਪ ਰਹੇ, ਘਰਾਂ ਚ ਬੜੇ ਰਹੇ, ਕੁੰਡੇ ਲਾ ਕੇ ਦਰਵਾਜ਼ੇ ਭੇਟ ਕੇ, ਆਪਾਂ ਕੀ ਲੈਣਾ? ਭਾਨਾ ਫਸਿਆ ਦੇਖੀ ਜੂ ਕਿ ਹੋਰ ਫਸਿਆ ਦੇਖੀ ਜਾਵੇ, ਆਪਾਂ ਕੀ ਲੈਣਾ? ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ, ਤੁਹਾਨੂੰ ਘਰਾਂ ਚੋਂ ਕੱਢ ਕੱਢ ਕੇ ਛਿੱਤਰ ਮਾਰਨਗੇ। ਆਮ ਆਦਮੀ ਪਾਰਟੀ ਦੇ ਹਮਾਇਤੀ ਜਿੰਨੇ ਲੋਕ ਆ, ਮੈਂ ਪੁੱਛਣਾ ਚਾਹੁੰਦਾ, ਠੀਕ ਆ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ ਮਤਭੇਦ ਹੋਣਗੇ, ਸਾਡੇ ਨਾਲ ਰੌਲਾ ਕੀ ਆ ਸਰਕਾਰ ਦਾ? ਕਿਉਂਕਿ ਅਸੀਂ ਜੋ ਲੋਕ ਮਾਰੂ ਨੀਤੀਆਂ ਨੇ, ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਹੈ, ਇਹਨਾਂ ਨੂੰ ਕਟਹਿਰੇ ਚ ਖੜਾ ਕਰਦਾ ਰਿਹਾ ਕਿ ਇਹ VIP ਕਲਚਰ ਲਈ ਫਿਰਦੇ ਆ, ਇਹ ਇੰਨਾ ਖਰਚਾ ਕਰਦੇ ਆ, ਇਹਨਾਂ ਦੀਆਂ ਉੱਥੇ ਫੁੱਟਵਾਂ, ਇੱਥੇ ਫੁੱਟਵਾਂ, ਇਹਨਾਂ ਨੇ ਚਿੱਟੇ ਨਾਲ ਪੁੱਤ ਮਾਰਤੇ, ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਹਾਂ, ਆਪਣੇ ਪੰਜਾਬ ਦੀ ਜਵਾਨੀ ਦੀ ਬਿਹਤਰੀ, ਉਹਦੀ ਭਲਾਈ, ਉਹਦੀ ਬਚਾਉਣ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ, ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰੋ, ਅਸੀਂ ਕੋਈ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ, ਅਸੀਂ ਟੇਕੇ ਨਹੀਂ ਬਹਿ ਸਕਦੇ, ਅਸੀਂ ਵੀ ਬਹਿ ਜਾਂਗੇ ਜਿਵੇਂ ਦੂਜੇ ਲੋਕ ਚੁੱਪ ਕਰੇ ਬੈਠੇ ਆ, ਜਿਵੇਂ ਇਸ ਵੇਲੇ ਵਿਰੋਧੀ ਧਿਰਾਂ ਨੇ ਜਿਹੜੀਆਂ, ਇਸ ਵੇਲੇ ਵਿਰੋਧੀ ਧਿਰ ਕੌਣ ਹੈ? ਕਾਂਗਰਸ ਹੈ, ਚੁੱਪ ਹੈ, ਬਾਦਲ ਵਾਲੇ ਹੈ, ਚੁੱਪ ਹੈ, ਦੂਜੇ ਹੈ, ਚੁੱਪ ਹੈ, ਵੀ ਆਪਾਂ ਨੂੰ ਕੀ ਗੱਲ, ਕੋਈ ਗੱਲ ਨੀ, ਆਪਾਂ ਚੁੱਪ ਕਰਕੇ, ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ, ਕਈ ਉਈ ਚੁੱਪ ਹੋ ਗਏ ਡਰਦੇ ਵੀ ਛੱਡ ਪਰੇ ਆਪਣੇ ਨਾਲ ਕੀ ਪਤਾ ਨੀ ਕੀ ਕਰੂਗਾ। ਤੁਹਾਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨੀ, ਆਹ ਜ਼ੁਲਮ ਜੇ ਭਾਨੇ ਤੇ ਹੁੰਦਾ ਜਿਹੜਾ ਕਿ ਸਾਰਿਆਂ ਤੇ ਹੋਣਾ, ਯਾਦ ਰੱਖਿਓ ਸਭ ਦੀ ਵਾਰੀ ਆਉਣੀ ਹੈ। ਸੋ ਭਰਾਵੋ ਆਹ ਤੀਜਾ ਪਰਚਾ ਹੋਰ ਹੋ ਗਿਆ, 18 ਨੰਬਰ FIR 384, ਆ ਮੇਰੇ ਕੋਲ ਹੀ ਪਈ ਹੈ FIR ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲ।
384-499-506 IPC ਧਰਾਮਾਂ ਦੇ ਤਹਿਤ ਪਰਚਾ ਦੇਤਾ। ਕੱਲ 26/26/1224 ਨੂੰ ਕੱਲ 8:42 ਤੇ ਪਰਚਾ ਕੱਟਿਆ ਗਿਆ। ਹੋਰ ਪਰ ਠੀਕ ਹੈ, ਅਸਲ ਯਾਰ ਮੈਂ ਤਾਂ ਹੈਰਾਨ ਹੈ ਬੰਦੇ ਤੇ ਯਾਰ, ਕਿਹੜੇ ਰਾਹਾਂ 'ਚ ਤੁਰ ਪਿਆ ਯਾਰ। ਇੱਕ ਪਾਸੇ ਯਾਰ ਇਹ ਛੱਲੇ ਗਾਉਂਦਾ ਖੜ ਕੇ ਯੂਨੀਵਰਸਿਟੀਆਂ ਦੇ ਵਿੱਚ, ਛੱਲਾ ਜਿਹੜੀ ਸਾਡੀ ਲੋਕ ਗਾਥਾ ਪੰਜਾਬ ਦੀ, ਉਹ ਛੱਲਾ ਇਹਨੇ ਗਾਇਆ। ਤੇ ਜਿਹੜੇ ਪੰਜਾਬ ਦੇ ਛੱਲੇ ਨੇ, ਜਿਹੜੇ ਪੰਜਾਬ ਦੇ ਨਗਨੇ ਨਗੀਨੇ ਨੇ, ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ, ਉਹ ਛੱਲਿਆਂ ਨੂੰ ਅੱਜ ਜੇਲਾਂ ਸੱਟ ਰਿਹਾ, ਜਲੀਲ ਕਰਾ ਰਿਹਾ, ਉਹਨਾਂ ਨੂੰ ਅੱਜ ਨੰਗੇ ਕਰਕੇ ਉਹਨਾਂ ਨੇ ਵੀਡੀਓ ਬਣਾ ਕੇ ਦੇਖ ਰਿਹਾ। ਉਹ ਪੁਆਸਿਆ, ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ, ਛੱਡ ਦੇ ਯਾਰ ਛੱਡ ਦੇ, ਕੱਖ ਨੀ ਰੱਖਿਆ ਇਹਨਾਂ ਗੱਲਾਂ ਦੇ ਵਿੱਚ। ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲਾ, ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲਾ, ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ? ਆਏ ਤੂੰ ਕਿੰਨਿਆਂ ਕੁ ਨੂੰ ਦੱਬ ਦੇਗਾ, ਕਿੰਨਿਆਂ ਕੁ ਨੂੰ ਮਾਰ ਦੇਗਾ ਯਾਰ, ਕਿੰਨੀਆਂ ਕੁ ਆਵਾਜ਼ਾਂ ਦੱਬ ਦੇਗਾ ਤੂੰ? ਐ ਸੋ ਭਰਾਵੋ, ਜੇ ਹਲੇ ਵੀ ਨਾ ਜਾਗੇ, ਮੇਰੇ ਪੰਜਾਬ ਦੀਆਂ ਮਾਵਾਂ ਨੂੰ ਪੀ ਲੈ, ਮੇਰੀਆਂ ਭੈਣਾਂ ਨੂੰ ਪੀ ਲੈ, ਪੰਜਾਬ ਦੇ ਨੌਜਵਾਨਾਂ ਨੂੰ ਪੀ ਲੈ, ਪੰਜਾਬ ਦੇ ਬਜ਼ੁਰਗਾਂ ਨੂੰ ਪੀ ਲੈ, ਕਿ ਵੱਡੇ ਇਕੱਠ ਕਰਕੇ, ਵੱਡੇ ਇਕੱਠ ਆਪੋ ਆਪਣੇ ਥਾਵਾਂ ਤੇ, ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਬਾਈ। ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਅਸੀਂ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਫ਼ਤ ਕਰ ਦੇਣੇ ਆ। ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ। ਮੈਂ ਫਿਰ ਸਾਰਿਆਂ ਨੂੰ ਕਹਿਣਾ ਕਿ ਸਾਡੇ ਨਾਲ ਕਿਸੇ ਦੇ ਲੱਖ ਬਖਰੇਵੇਂ ਹੋ ਸਕਦੇ ਆ, ਪਰ ਜਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਇਹ ਬੁੱਚੜਪਣੇ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਅਸੀਂ ਇਹ ਨਾ ਸੋਚ ਗਏ ਭਾਨੇ ਨੇ ਸਾਡੇ ਨੂੰ ਐਂ ਬੋਲਿਆ ਸੀ, ਕਿਤੇ ਭਾਨੇ ਨਾਲ ਸਾਡੀ ਬਣਦੀ ਨਹੀਂ, ਫਲਾਣੇ ਨਾਲ ਸਾਡੀ ਬਣਦੀ ਨਹੀਂ। ਮੈਂ ਕਹਿੰਦਾ ਸਾਡੀ ਲੱਖ ਬਣੇ ਨਾ ਬਣੇ, ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ? ਕੀ ਇਹਨਾਂ ਨੂੰ ਬਖਸ਼ਣਾ ਨੇ? ਇਹ ਲਗਾਤਾਰ ਕੋਸ਼ ਚ ਲੱਗਿਆ ਹੋਇਆ ਕਿ ਲੋਕਾਂ ਨੂੰ ਦਫਾੜ ਕਰ ਦਿਓ, ਜਥੇਬੰਦਕ ਨਾ ਹੋਣ ਦਿਓ, ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿੱਟ ਦਿਓ, ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਪੰਜਾਬ ਨੂੰ ਬਚਾਉਣ ਲਈ, ਸਾਡੀ ਖੇਤੀ, ਸਾਡੀ ਮਜ਼ਦੂਰੀ, ਸਾਡੀਆਂ ਜ਼ਮੀਨਾਂ ਬਚਾਉਣ ਲਈ, ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹਦਾ ਪੈਸੇ ਖਾਤਰ ਬਹਿੰਦੇ ਆ ਧਰਨਿਆਂ ਤੇ, ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ, ਇਹਨਾਂ ਦਾ ਆਰਟੀਸਨ ਲੱਗਿਆ ਹੋਇਆ, ਇਹਨਾਂ ਦੇ ਬੰਦੇ ਲੱਗੇ ਹੋਏ, ਖੁਦ ਕਹਿੰਦਾ ਰਿਹਾ ਕਿ ਇਹ ਬਿਹਲ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਨਹੀਂ ਖੜਨਾ। ਇਹ ਵਾਰੀ ਸਭ ਦੀ ਆਉਣੀ ਆ ਬਾਈ, ਸਭ ਦੀ ਆਉਣੀ ਹੈ। ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਹਾਂ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ, ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ। ਪਰਸੋਂ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਭਾਨੇ ਦੇ ਪਿੰਡ। ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਵਾਂ ਤੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ, ਜਿੱਥੇ ਬੈਠੇ ਹੋ, ਤੁਸੀਂ ਆਪਣੇ ਤੌਰ ਤੇ ਕੋਈ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ, ਰੋਸ ਪ੍ਰਦਰਸ਼ਨ, ਸ਼ਾਂਤਮਈ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਬਾਈ। ਜੇ ਚਾਹੁੰਦੇ ਹੈ ਕਿ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ, ਜਿਉਂਦੇ ਰਹਿਣ, ਤੇ ਇਹ ਆਵਾਜ਼ ਬੁਲੰਦ ਰਵੇ, ਤਾਂ ਸਭ ਦਾ ਫਰਜ਼ ਬਣਦਾ ਬਾਈ ਕਿ ਤੁਸੀਂ ਇਕੱਠੇ ਹੋ ਕੇ, ਮੇਰਾ ਵੀਰ, ਜਿੱਥੇ ਜਿੱਥੇ ਵੀ ਬੈਠੇ ਹੋ, ਆਪਣੇ ਤਰੀਕੇ ਨਾਲ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।